ਸੜਕਾਂ ਤੇ ਮੌਤ ਬਣ ਘੁੰਮਦੇ ਅਵਾਰਾ ਜਾਨਵਰ ਹੁਣ ਨਜ਼ਰ ਨਹੀਂ ਆਉਣਗੇ। ਦਰਅਸਲ ਵਿਧਾਨ ਸਭਾ ਸਪੀਕਰ ਕੇਪੀ ਰਾਣਾ ਦੇ ਨਿਰਦੇਸ਼ਾਂ ਤੋਂ ਬਾਅਦ ਨਗਰ ਕੌਂਸਲ ਹਰਕਤ ਚ ਆ ਗਈ ਹੈ, ਜਿਸ ਨਾਲ ਸ਼ਹਿਰ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ। ਇਹ ਜਿਹੜੀ ਸਮੱਸਿਆ ਬਹੁਤ ਭਿਅੰਕਰ ਹੋ ਗਈ ਹੈ ਨੰਗਲ ਦੇ ਵਿੱਚ, ਖਾਸ ਕਰਕੇ ਜ਼ਿਆਦਾ ਇਸ ਕਰਕੇ ਹੈ ਨੰਗਲ ਦੇ ਤਿੰਨ ਪਾਸੇ ਹਿਮਾਚਲ ਹੈ ਔਰ ਪਹਾੜੀ ਇਲਾਕਾ ਹੈ, ਉਹ ਉੱਧਰੋਂ ਦੀ ਜ਼ਿਆਦਾ ਜਿਹੜੇ ਹੈ ਬੇਸਹਾਰਾ ਜਾਨਵਰ ਉਹ ਇੱਧਰ ਛੱਡ ਦਿੱਤੇ ਜਾਂਦੇ ਆ ਔਰ ਸਾਨੂੰ ਇਸ ਸ਼ਹਿਰ ਨੂੰ ਛੋਟੇ ਨੂੰ ਬੜੀ ਸਮੱਸਿਆ ਇਹ ਪੈਦਾ ਹੋ ਰਹੀ ਹੈ। ਇਹ ਅਸੀਂ ਸਪੀਕਰ ਸਾਹਿਬ ਦੇ ਧਿਆਨ 'ਚ ਲਿਆਉਂਦੀ ਹੋਈ ਗੱਲ ਔਰ ਪਿੱਛੇ ਜਿੱਦਾਂ ਉਹਨਾਂ ਨੇ ਨੰਗਲ ਗਊਸ਼ਾਲਾ 'ਚ ਵੀ ਕਮਿਟਮੈਂਟ ਕੀਤੀ ਸੀ ਪਰ ਕਿਸ ਕਾਰਨ ਉਸ ਵੇਲੇ ਨਹੀਂ ਚੜ੍ਹ ਸਕਿਆ, ਲੇਕਿਨ ਹੁਣ ਉਹਨਾਂ ਨੇ ਫੌਰੀ ਐਕਸ਼ਨ ਲੈਂਦੇ ਹੋਏ ਇੱਕ ਨਗਰ ਕੌਂਸਲ ਨੂੰ ਇੱਕ ਗੱਡੀ ਖਰੀਦ ਕੇ ਦਿੱਤੀ ਹੈ ਔਰ ਮੇਰਾ ਖਿਆਲ ਹੈ ਵੀ ਇਹ ਕੰਮ ਯੁੱਧ ਸਤਰ 'ਤੇ ਸ਼ੁਰੂ ਕਰ ਦਿੱਤਾ ਉਹਨਾਂ ਨੇ ਔਰ ਉਮੀਦ ਹੈ ਵੀ ਜਿਹੜੇ ਬੇਸਹਾਰਾ ਜਾਨਵਰ ਹੈ ਖਾਸ ਕਰਕੇ ਸਾਂਹ ਔਰ ਗਾਈਆਂ ਇਹਨਾਂ ਤੋਂ ਜਲਦ ਨੰਗਲ ਨੂੰ ਨਿਜਾਤ ਦਿਲਾਈ ਜਾਏਗੀ। ਇਸ ਮੌਕੇ ਰਾਣਾ ਕੇਪੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਪਸ਼ੂਆਂ ਨੂੰ ਗਊਸ਼ਾਲਾ 'ਚ ਭੇਜਿਆ ਜਾਵੇਗਾ ਤੇ ਨਾਲ ਹੀ ਗਊਸ਼ਾਲਾ ਦੀ ਮਾਲੀ ਸਹਾਇਤਾ ਵੀ ਕੀਤੀ ਜਾਵੇਗੀ। ਦੇਖੋ, ਪਿਛਲੇ ਸਮੇਂ ਦੇ ਅੰਦਰ ਨੰਗਲ ਸ਼ਹਿਰ ਦੇ ਅੰਦਰ ਜਿਹੜੇ ਆਵਾਰਾ ਪਸ਼ੂ ਹੈ ਉਹਨਾਂ ਦੀ ਬਹੁਤ ਬੜੀ ਸਮੱਸਿਆ ਪੈਦਾ ਹੋਈ ਹੈ ਔਰ ਆਵਾਰਾ ਜਿਹੜੇ ਸਾਂਡ ਹੈ ਇਹਨਾਂ ਨੇ ਕਈ ਦੁਰਘਟਨਾਵਾਂ ਸ਼ਹਿਰ 'ਚ ਕਰ ਦਿੱਤੀਆਂ ਜਿਹਦੇ 'ਚ ਦੋ ਬੰਦਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਇਹਨਾਂ ਪਸ਼ੂਆਂ ਨੇ ਉਹਨਾਂ ਨੂੰ ਮਾਰਿਆ, ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਕੀਤਾ। ਸੋ ਨੰਗਲ ਮਿਊਂਸਪਲ ਕਮੇਟੀ ਨੇ ਇੱਕ ਵਿਆਪਕ ਪ੍ਰੋਗਰਾਮ ਬਣਾਇਆ ਕਿ ਇਹ ਤਮਾਮ ਗਊਆਂ ਨੂੰ ਪਕੜ ਕੇ ਅਸੀਂ ਸਾਰੀਆਂ ਨੂੰ ਗਊਸ਼ਾਲਾਵਾਂ ਦੇ ਵਿੱਚ ਪਜਾਵਾਂਗੇ ਔਰ ਗਊਸ਼ਾਲਾਵਾਂ ਦੀ ਮਾਲੀ ਮਦਦ ਕਰਾਂਗੇ ਤਾਂ ਕਿ ਗਊਸ਼ਾਲਾਵਾਂ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਇਹਦੀ ਸ਼ੁਰੂਆਤ ਅਸੀਂ ਕੱਲ੍ਹ ਵਿਧੀਵਤ ਢੰਗ ਨਾਲ ਆਪਣੇ ਸ਼ਹਿਰ 'ਚ ਕਰਤੀ ਔਰ ਗਊਆਂ ਪਕੜਨ ਵਾਲੇ ਜਿਹੜੇ ਲੋਕ ਹੈ ਉਹ ਪਕੜ ਕੇ ਇਹਨਾਂ ਨੂੰ ਸਾਰੀਆਂ ਨੂੰ ਗਊਸ਼ਾਲਾ 'ਚ ਲੈ ਜਾਣਗੇ। ਦੱਸਣਯੋਗ ਹੈ ਕਿ ਪੰਜਾਬ 'ਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਹੈ, ਜਿਸ ਕਾਰਨ ਆਏ ਦਿਨ ਕਈ ਹਾਦਸੇ ਵਾਪਰਦੇ ਨੇ ਤੇ ਕਈ ਲੋਕ ਇਹਨਾਂ ਆਵਾਰਾ ਜਾਨਵਰਾਂ ਕਰਕੇ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਨੇ। ਨੰਗਲ ਤੋਂ ਵਿਮਲ ਸੈਣੀ, ਦੈਨਿਕ ਸੁਰਾ ਟੀਵੀ।